ਸਤ ਸ੍ਰੀ ਅਕਾਲ ਸਾਰਿਆਂ ਨੂੰ ਮਾਸਟਰ ਕੈਡਰ ਯੂਨੀਅਨ ਚੈਨਲ ਤੇ ਤੁਹਾਡਾ ਸਵਾਗਤ ਹੈ ਵੀਡੀਓ ਚ ਗੱਲ ਕਰਾਂਗੇ ਈਟੀਟੀ 5994 ਭਰਤੀ ਦੇ ਵਿੱਚ ਜੋ ਈਡਬਲਯੂਐਸ ਦੀਆਂ ਪੋਸਟਾਂ ਨੇ ਉਹਨਾਂ ਪੋਸਟਾਂ ਦੇ ਵਿੱਚ ਵਾਧਾ ਕਰਾਉਣ ਦੇ ਲਈ ਈਡਬਲਯੂਐਸ ਕੈਡਰ ਦੇ ਵੱਲੋਂ ਇੱਕ ਬਹੁਤ ਵੱਡਾ ਐਲਾਨ ਆ ਜਿਹੜਾ ਉਹ ਕੀਤਾ ਗਿਆ ਕਿ ਜੋ ਈਡਬਲਯੂਐਸ ਦੀਆਂ 300 ਪੋਸਟਾਂ ਨੇ ਉਹਨਾਂ ਦੇ ਵਿੱਚ ਸਰਕਾਰ ਵੱਲੋਂ ਪੋਸਟਾਂ ਡੀ ਰਿਜ਼ਰਵ ਕਰਕੇ ਵਾਧਾ ਕੀਤਾ ਜਾਵੇ ਇਦੇ ਸਬੰਧ ਦੇ ਵਿੱਚ ਇੱਕ ਨਵੀਂ ਅਪਡੇਟ ਜਿਹੜੀ ਉਹ ਆਪਣੇ ਕੋਲੇ ਆਈ ਹੈ ਉਹਦੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਚ ਦੇਵਾਂਗੇ ਇਸ ਕਰਕੇ ਜਿਹੜੇ-ਜਿਹੜੇ ਸਾਥੀ ਓਪਨ ਕੈਟਾਗਰੀ ਅਤੇ ਖਾਸ ਕਰਕੇ ਈਡਬਲਿਊਐਸ ਕੈਟਾਗਰੀ ਖਾਸ ਕਰਕੇ ਜਿਹੜੇ ਈਡਬਲਿਊਐਸ ਕੈਟਾਗਰੀ ਨਾਲ ਸੰਬੰਧਿਤ ਜਿਹੜੇ ਉਮੀਦਵਾਰ ਨੇ ਜਿਨ੍ਹਾਂ ਨੂੰ ਲੱਗਦਾ ਹੈ ਕਿ ਸਾਡਾ ਜਿਹੜਾ ਨਾਮ ਹੈ ਉਹ ਜੇਕਰ ਪਹਿਲੀ ਲਿਸਟ ਵਿੱਚ ਨਹੀਂ ਆਉਂਦਾ ਤਾਂ ਹੋ ਸਕਦਾ ਸੈਕੰਡ ਲਿਸਟ ਵਿੱਚ ਆ ਜੇ ਜਾਂ ਜਿਨ੍ਹਾਂ ਦੇ ਨੰਬਰ ਲਗਭਗ 110 ਦਿਨ ਤੋਂ ਪਲੱਸ ਪਲੱਸ ਨੇ ਜਾਂ ਜਿਨ੍ਹਾਂ ਦੇ ਨੰਬਰ ਮੈਰਿਟ ਦੇ ਨੇੜੇ-ਨੇੜੇ ਨੇ ਤਾਂ ਉਹਨਾਂ ਸਾਰੇ ਸਾਥੀਆਂ ਤੱਕ ਇਹ ਵੀਡੀਓ ਨੂੰ ਜ਼ਰੂਰ ਪਹੁੰਚਾਓ ਤਾਂ ਕਿ ایਡਬਲਿਊਐਸ ਵਾਲੇ ਸਾਰੇ ਕੈਂਡੀਡੇਟਸ ਤੱਕ ਇਹ ਇਨਫੋਰਮੇਸ਼ਨ ਆ ਜਿਹੜੀ ਪਹੁੰਚ ਸਕੇ ਤੇ ਵੀਡੀਓ ਦਾ ਤੁਸੀਂ ਕੱਲਾ-ਕੱਲਾ ਸ਼ਬਦ ਧਿਆਨ ਨਾਲ ਸੁਣਿਓ ਲਾਸਟ ਤੱਕ ਤੇ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਕਰਿਓ ਖਾਸ ਕਰਕੇ ایਡਬਲਿਊਐਸ ਵਾਲੇ ਕੈਂਡੀਡੇਟਾਂ ਜਿਨ੍ਹਾਂ ਨੂੰ ਲੱਗਦਾ ਕਿ ਕਿਉਂਕਿ ਜਿਹੜੇ ਹੁਣ 116 ਨੰਬਰ ਤੱਕ ਬੁਲਾਏ ਗਏ ਨੇ ਤਾਂ ਹਲੇ ਤੱਕ ਤਾਂ ਉਹ ਵੀ ਸ਼ੋਰ ਨਹੀਂ ਕਿ ਉਹਨਾਂ ਦਾ ਨੰਬਰ ਆਊਗਾ ਜਾਂ ਨਹੀਂ ਆਊਗਾ ਇਸ ਕਰਕੇ ਸਾਰੇ ਹੀ ਕੈਂਡੀਡੇਟਸ ਤੱਕ ਇਹ ਵੀਡੀਓ ਨੂੰ ਜ਼ਰੂਰ ਪਹੁੰਚਾਓ ਜਿਹੜੇ 9894 ਭਰਤੀ ਨਾਲ ਸੰਬੰਧਿਤ ਨੇ ਤੇ ਵੀਡੀਓ ਨੂੰ ਇੱਕ ਬੇਨਤੀ ਹੋਰ ਹੈ ਕਿ ਜਿਹੜੇ-ਜਿਹੜੇ ਸਾਥੀ ਚੈਨਲ ਤੇ ਨਵੇਂ ਐ ਸਾਡਾ ਚੈਨਲ ਮਾਸਟਰ ਕੈਡਰ ਯੂਨੀਅਨ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਮਾਸਟਰ ਕੈਡਰ ਯੂਨੀਅਨ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਉੱਪਰ ਬਟਨ ਪ੍ਰੈਸ ਕਰ ਦਿਓ ਤੁਹਾਡੇ ਤੱਕ ਈਟੀਟੀ 9992 ਭਰਤੀ ਦੀ ਹਰ ਇੱਕ ਛੋਟੀ ਵੱਡੀ ਅਪਡੇਟ ਅਸੀਂ ਲੈ ਕੇ ਆਉਂਦੇ ਰਹਾਂਗੇ ਭਰਤੀ ਦੇ ਖਤਮ ਹੋਣ ਤੱਕ ਇਹ ਚੈਨਲ ਤੁਹਾਡੇ ਲਈ ਬਹੁਤ ਹੈਲਪਫੁਲ ਰਹੂਗਾ ਸਾਰੀ ਅਪਡੇਟ ਆਪਾਂ ਤੁਹਾਨੂੰ ਇੱਥੇ ਦਿੰਦੇ ਰਹਾਂਗੇ ਤੇ ਨਾਲ ਹੀ ਜਿਹੜੇ-ਜਿਹੜੇ ਸਾਥੀਆਂ ਦੀ ਸਕਰੂਟੀਨੀ ਹੋ ਚੁੱਕੀ ਹੈ ਜਾਂ ਜਿਨ੍ਹਾਂ ਦੇ ਨੰਬਰ ਸਕਰੂਟੀਨੀ ਦੇ ਬਿਲਕੁਲ ਨੇੜੇ ਨੇ ਉਹਨਾਂ ਲਈ ਇੱਕ ਆਪਾਂ ਗਰੁੱਪ ਬਣਾਇਆ ਹੋਇਆ ਟੈਲੀਗ੍ਰam ਗਰੁੱਪ ਅਤੇ ਵਟਸਐਪ ਗਰੁੱਪ ਉਹ ਗਰੁੱਪ ਦਾ ਲਿੰਕ ਤੁਹਾਨੂੰ ਵੀਡੀਓ ਦੇ ਕਮੈਂਟ ਬਾਕਸ ਅਤੇ ਡਿਸਕ੍ਰਿਪਸ਼ਨ ਬਾਕਸ ਦੋਨਾਂ ਥਾਵਾਂ ਤੇ ਤੁਹਾਨੂੰ ਲਿੰਕ ਮਿਲ ਜੂਗਾ ਤੁਸੀਂ ਉਸ ਲਿੰਕ ਨੂੰ ਵੀਡੀਓ ਦੇ ਕਮੈਂਟ ਨੂੰ ਓਪਨ ਕਰਕੇ ਬਲੂ ਕਲਰ ਦਾ ਤੁਹਾਨੂੰ ਲਿੰਕ ਦਿੱਤਾ ਹੋਊਗਾ ਉਸ ਲਿੰਕ ਨੂੰ ਜੁਆਇਨ ਕਰ ਲਿਓ ਤਾਂ ਹੁਣ ਗੱਲ ਕਰਦੇ ਆ ਈਟੀਟੀ 5994 ਭਰਤੀ ਦੇ ਵਿੱਚ ਈਡਬਲਯੂਐਸ ਪੋਸਟਾਂ ਨੇ ਜੋ ਉਹਨਾਂ ਪੋਸਟਾਂ ਦਾ ਵਾਅਦਾ ਕਰਾਉਣ ਦੇ ਲਈ ਤਾਂ ਈਟੀਟੀ ਟੈਟ ਪਾਸ ਬੇਰੁਜ਼ਗਾਰ ਈਡਬਲਯੂਐਸ ਯੂਨੀਅਨ ਇਹ ਨਵੀਂ ਯੂਨੀਅਨ ਬਣੀ ਆ ਚੁੱਕੀ ਈਡਬਲਯੂਐਸ ਕੈਟਾਗਰੀ ਨਾਲ ਸੰਬੰਧਿਤ ਹੈ 5994 ਭਰਤੀ ਦੇ ਵਿੱਚ ਤਾਂ ਇਹਨਾਂ ਇਸ ਯੂਨੀਅਨ ਵੱਲੋਂ ਤੁਹਾਡੇ ਲਈ ਬੇਨਤੀ ਹੈ ਕੇ ਸਮੂਹ ईटीटी टेट पास ਬੇਰੁਜ਼ਗਾਰ ईडब्ल्यूएस ਸਾਥੀਆਂ ਨੂੰ ਬੇਨਤੀ ਹੈ ਕਿ ਸਾਡੀ ਜਿਹੜੀ ईडब्ल्यूएस ਕਾਡਰ ਦੀ ਮੀਟਿੰਗ ਆ ਜਿਹੜੀ ਉਹ 30 8 2023 ਯਾਨੀ ਕਿ 30 ਅਗਸਤ 2023 ਨੂੰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਜੀ ਦੇ ਨਾਲ ਰੱਖੀ ਗਈ ਸੀ ਜਿਸ ਵਿੱਚ ਸਾਨੂੰ ਕੋਈ ਸਾਰਥਕ ਹੱਲ ਜਿਹੜਾ ਨਹੀਂ ਮਿਲਿਆ ਜਿਸ ਕਰਕੇ ਸਾਡੀ ਸਰਕਾਰ ਦੇ ਪ੍ਰਤੀ ਕੋਈ ਵੀ ਜਿਹੜੀ ਸਰਕਾਰ ਦੀ ਸਾਡੇ ਪ੍ਰਤੀ ਕੋਈ ਵੀ ਸਾਫ਼ ਮਨਸ਼ਾ ਜਿਹੜੀ ਉਹ ਨਹੀਂ ਦਿਖ ਰਹੀ ਕਿਉਂਕਿ ਸਾਡੀਆਂ ਜਿਹੜੀਆਂ ਪੋਸਟਾਂ ਨੇ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਤੁਹਾਡੀਆਂ 300 ਪੋਸਟਾਂ ਨੇ ایਡਬਲਿਊਐਸ ਦੀਆਂ ਜੇਕਰ ਤੁਸੀਂ ਚਾਹੋ ਨੇ ਤੁਹਾਡੀਆਂ ਪੋਸਟਾਂ ਜਦੋਂ ਪੋਸਟਾਂ ਡਿਜ਼ਰਵ ਹੋਣਗੀਆਂ ਸਾਰੀਆਂ ਹੀ ਕੈਟਾਗਰੀ ਨੂੰ ਪੋਸਟਾਂ ਮਿਲਣਗੀਆਂ ਜਰਨਲ ਨੂੰ ਮਿਲਣਗੀਆਂ ਬੀਸੀ ਨੂੰ ਐਸਸੀ ਨੂੰ ਐਮਬੀਆਰਓ ਨੂੰ ਤੇ ਜੇਕਰ ਤੁਸੀਂ ਚਾਹੁੰਦੇ ਹੋ ਕਿ ایਡਬਲਯੂਐਸ ਨੂੰ ਵੀ ਹੋਰ ਪੋਸਟਾਂ ਮਿਲਣਾਂ ਪੋਸਟਾਂ ਡੀ ਰਿਜ਼ਰਵ ਹੋਣ ਤੇ ਕਿਉਂਕਿ ਨਹੀਂ ਥੋੜੀ 300 ਪੋਸਟ ਹੀ ਰਹਿਣੀਆਂ ਤੇ ਮੈਰਿਟ ਫਿਰ ایਡਬਲਯੂਐਸ ਤੇ ਉੱਥੇ ਹੀ ਰੁਕ ਜਾਣੀਆਂ ਇਸ ਕਰਕੇ ਜੇਕਰ ਸਾਥੀਓ ਤੁਸੀਂ ਚਾਹੁੰਦੇ ਹੋ ਕਿ ਤੁਸੀਂ 116 14 12 10 ਇਹਨਾਂ ਸਾਥੀਆਂ ਦਾ ਵੀ ਨੰਬਰ ایਡਬਲਯੂਐਸ ਦੇ ਵਿੱਚ ਆਵੇ ਤਾਂ ਮੈਂ ਸੀਟਾਂ ਵਧਾਈਆਂ ਜਾਣਾਂ ਤਾਂ ਤੁਹਾਡੇ ਆਪਣੇ ਹੱਕਾਂ ਦੇ ਲਈ ਤਾਂ 5 ਤਰੀਕ ਨੂੰ ਸੰਗਰੂਰ ਵੇਰਕਾ ਮਿਲਕ ਪਲਾਂਟ ਜਿੱਥੇ ਮੁੱਖ ਮੰਤਰੀ ਦੀ ਕੋਠੀ ਹੈ ਉੱਥੇ EWS ਯੂਨੀਅਨ ਵੱਲੋਂ ਮੁੱਖ ਮੰਤਰੀ ਦੀ ਕੋਠੀ ਤੱਕਰਾਉ ਕੀਤਾ ਜਾਣਾ ਹੈ 5 ਸਤੰਬਰ 5 ਤਰੀਕ ਟੀਚਰ ਡੇ ਵਾਲੇ ਦਾ ਨਾ ਬੇਰਕਾ ਮਿਲਕ ਪਲੈਂਟ ਸੰਗਰੂਰ ਵਿਖੇ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚੋ ਆਪਣੇ ਹੱਕ ਲੈਣ ਲਈ ਜੇਕਰ ਤੁਸੀਂ ਚਾਹੁੰਦੇ ਹੋ ਪੋਸਟਾਂ ਵਿੱਚ ਵਾਧਾ ਹੋਵੇ ਤੁਹਾਡਾ ਨੰਬਰ ਆਵੇ ਤਾਂ ਵੱਡੀ ਗਿਣਤੀ ਵਿੱਚ ਉੱਥੇ ਪਹੁੰਚੋ ਇਸ ਕਰਕੇ ਤੁਹਾਨੂੰ ਬੇਨਤੀ ਹੈ ਕਿ ਵੀਡੀਓ ਨੂੰ ਸਾਰੇ ਹੀ EWS ਦੇ ਕਿੱਡਰ ਤੱਕ ਜਰੂਰ ਪਹੁੰਚਾਓ ਖਾਸ ਕਰਕੇ ਜਿਨ੍ਹਾਂ ਦੇ ਨੰਬਰ ਘਟ ਨੇ ਜਿਨ੍ਹਾਂ ਦੇ ਨੰਬਰ ਪਹਿਲੀ ਸਕਰੂਟੀਨ ਲਿਸਟ ਤੋਂ ਵੀ ਨੀਚੇ ਨੇ ਜਿਨ੍ਹਾਂ ਤੁਸੀਂ ਜਿਆਦਾ ਇਕੱਠ ਵੱਡਾ ਕਰੋਗੇ ਉਹਨਾਂ ਨੂੰ ਥੋੜਾ ਫਾਇਦਾ ਹੋਣਾ ਹੈ ਤੁਹਾਡੀ ਗੱਲ ਯੂਨੀਅਨ ਦੀ ਜਿਹੜੀ ਉਹ ਮੰਤਰੀ ਜੀ ਤੱਕ ਪਹੁੰਚਣੀ ਹੈ ਤੇ ਇਕੱਲਾ WhatsApp ਗਰੁੱਪਾਂ ਤੇ ਜਾਂ ਕਿਸੇ YouTube ਚੈਨਲ ਤੇ ਦੇਖ ਕੇ ਸਿਰਫ ਗੱਲਾਂ ਬਾਤਾਂ ਕਰਕੇ ਨਹੀਂ ਸਰਨਾ 5 ਤਰੀਕ ਨੂੰ ਵੱਡੀ ਗਿਣਤੀ ਵਿੱਚ ਮੁੱਖ ਮੰਤਰੀ ਦੀ ਕੋਠੀ ਦਾ ਕਰਾਓ ਕਰਨ ਜਾ ਰਹੀ ਹੈ ਤੁਹਾਡੀ ਯੂਨੀਅਨ ਤੇ ਵੱਡੀ ਗਿਣਤੀ ਦੇ ਵਿੱਚ ਉੱਥੇ ਤੁਸੀਂ ਪਹੁੰਚ ਸਕਦੇ ਹੋ ਜੇਕਰ ਤੁਸੀਂ ਤੁਹਾਡੀ ਯੂਨੀਅਨ ਅੱਗੋਂ ਦੇ ਕੰਟੈਕਟ ਨੰਬਰ ਚਾਹੀਦੇ ਨੇ ਤੁਹਾਨੂੰ ਉਹ ਵੀ ਆਪਾਂ ਦੇ ਦੇ ਦਿੰਨੇ ਆ ਤੇ ਜਿਹਦੇ ਵਿੱਚ ਕਿ ਅਮਨਦੀਪ ਸਿੰਘ ਮੋਬਾਈਲ ਨੰਬਰ 9956 42112 ਬਲਕਾਰ 9814175103 ਰਜਿੰਦਰ ਕੁਮਾਰ 987166 77230 ਮਨਿੰਦਰ ਬਰੇਟਾ ਰਾਜੇਸ਼ ਸੰਗਰੂਰ ਤਾਂ ਇਹੋ ਸਾਰੇ ਪੰਜ ਜਣਿਆਂ ਦੇ ਨੰਬਰ ਨੇ ਤੁਸੀਂ ਕਿਸੇ ਨੂੰ ਵੀ ਕੰਟੈਕਟ ਕਰਕੇ ਸਾਰੀ ਜਾਣਕਾਰੀ ਲੈ ਸਕਦੇ ਹੋ ਬਾਕੀ ਤੁਸੀਂ ਸਾਡੇ ਚੈਨਲ ਦੇ ਬਣੇ ਰਹੋ ਮਾਸਟਰ ਕੈਡਰ ਯੂਨੀਅਨ ਜੇ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਤੁਹਾਨੂੰ ਸਾਰੀ ਅਪਡੇਟ ਇਥੇ ای ڈبلیو ایس ਨਾਲ ਸੰਬੰਧਤ ਆਪਾਂ ਦਿੰਦੇ ਰਹਾਂਗੇ ਤੁਸੀਂ ਚੈਨਲ ਤੇ ਲਗਾਤਾਰ ਬੈਲ ਆਈਕਨ ਪ੍ਰੈਸ ਕਰਦੇ ਹੋ ਲਗਾਤਾਰ ਵੀਡੀਓ ਵੇਖਦੇ ਰਹੋ ਤੇ ਨਾਲ ਹੀ ਕਿਉਂਕਿ ਆਪਣੀ ਜਿਹੜੀ ਈਟੀਟੀ ਯੂਨੀਅਨ ਵੀ ਹੈਗੀ ਆ ਬਲਿਹਾਰ ਬੱਲੀ ਹੋਣੀ ਜਿਹੜੇ ਪ੍ਰਧਾਨ ਨੇ ਬਾਈ ਹੋਣੀ ਉਹਨਾਂ ਦੇ ਉਹਨਾਂ ਵੱਲੋਂ ਵੀ ਧਰਨੇ ਦਾ ਐਲਾਨ ਕੀਤਾ ਗਿਆ ਇਹ ਯੂਨੀਅਨ ਵੱਲੋਂ ਉਹਨਾਂ ਦੀ ਵੀ ਫੁੱਲ ਸਪੋਰਟ ਆ ਵੀ ਸਿੰਗਲ ਲਿਸਟ ਦੇ ਵਿੱਚ ਭਰਤੀ ਪੂਰੀ ਕੀਤੀ ਜਾਵੇ ਤਾਂ ਹੀ ਆਪਣਾ ਫਾਇਦਾ ਹੋਣਾ ਇਸ ਕਰਕੇ ਇਹ ਬੇਨਤੀ ਸੀ ਤੁਹਾਡੇ ਨਾਲ ਵੀਡੀਓ ਨੂੰ ਕਰਦੇ ਹੋ ਵੱਧ ਤੋਂ ਵੱਧ ਸ਼ੇਅਰ ਸਾਰੇ ਹੀ ਗਰੁੱਪਾਂ ਦੇ ਵਿੱਚ ਵੀਡੀਓ ਸ਼ੇਅਰ ਕਰਦੇ ਹੋ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਨੰਬਰ ਜਿਹੜਾ ਉਹ ਆਵੇ ਥੈਂਕ ਯੂ ਸੋ ਮਚ